ਬਾਈ ਜੀ ਕੀ ਨਾਮ ਹੈਗਾ ਤੁਹਾਡਾ? ਮੇਰਾ ਨਾਮ ਬਈ ਦਲਬਾਰ ਸਿੰਘ, ਪਿੰਡ ਸਜਾਦੀ ਤੋਂ। ਕੀ ਹਾਲਾਤ ਹੈ ਹਸਪਤਾਲ ਦੇ? ਆ ਤੁਹਾਡੇ ਸਾਹਮਣੇ ਹੈ ਬੇਟੋ ਹਾਲਾਤ। ਮੈਂ ਐਕਸਰਾ ਟਰੋਨ ਨੂੰ ਬੈਠਾ ਹੀ 3 ਦਿਨ ਹੋ ਗਿਆ ਦੇ ਮਸ਼ੀਨ ਖਰਾਬ ਹੋਈ। ਪਹਿਲੋ ਦਾ ਦੀ 2 ਛੁੱਟੀਆਂ ਤੇ ਹੁਣ ਅੱਜਾਂ ਦੇ ਮਸ਼ੀਨ ਖਰਾਬ ਆ। ਉਹਨਾਂ ਦੇ 3-4 ਦਿਨ ਲੱਗਣ ਜੀ। ਤੇ ਇੱਥੇ ਛੱਤ ਵੀ ਚੋਈ ਜਾਂਦੀ? ਹਾਂਜੀ, ਆ ਛੱਤ ਵੀ ਚੋਈ ਜਾਂਦੀ ਆ। ਫਿਰ ਬੈਡ ਚੱਲ ਕੇ ਅਸੀਂ ਆਏ ਬੈਠੇ। ਕੀ ਹੋਣਾ ਚਾਹੀਦਾ ਸਰਕਾਰ ਨੂੰ ਜਾਂ ਸਟਾਫ ਨੂੰ? ਚਾਹੀਦਾ ਜੀ ਵੀ ਸਮੇਂ ਚਿਰ ਕਲੀਨ ਕਰਨਾ ਆਪਦਾ ਬੈਠਣ। ਪਹਿਲੋਂ ਆਉਂਦੇ ਸੀ ਅਸੀਂ ਦਿੱਲੀ ਵੱਲ ਜੇ ਹੋਸਪਿਟਲ ਬਣਾਵਾਂਗੇ ਸਰਕਾਰੀ, ਇਹ ਤਾਂ ਉਦੋਂ ਵੀ ਖਰਾਬ ਹੋਈ ਜਾਂਦੇ ਆ। ਕੀ ਨਾਮ ਹੈ ਤੁਹਾਡਾ? ਕਿੱਥੋਂ ਆਏ? ਦਲਬਾਰ ਸਿੰਘ। ਕਿੱਥੋਂ ਆਏ? ਪਿੰਡ ਸਜਾਦੀ ਤੋਂ। ਸਰ, ਐਕਸਰੇ ਮਸ਼ੀਨ ਕਿੰਨੀ ਦੇਰ ਹੋ ਗਈ ਜੀ ਜਿਹੜਾ ਨਹੀਂ ਚੱਲਦੀ? ਆਪਣਾ 1 ਮਹੀਨਾ ਤੋਂ ਵੱਧ ਜਾ ਕੇ 1.5 ਮਹੀਨਾ ਹੋ ਗਿਆ ਲਗਭਗ। ਅੱਛਾ, ਇਹਦੇ 2 ਪਾਰਟਸ ਖਰਾਬ ਹੋ ਗਏ ਸੀਗੇ। DSS ਮੈਂ ਆਪਣਾ ਇਹਦੇ ਲੈ ਫਾਇਦਾ। ਅੱਛਾ ਜੀ। ਅਤੇ DSS ਜੋ ਉਹ 1 ਪਾਰਟ ਖਰਾਬ ਹੋ ਗਿਆ, 2 ਪਾਰਟ ਕੱਢ ਕੇ ਲੈ ਗਏ ਸੀ। ਉਹ ਜੋ ਦੂਜਾ ਪਾਰਟ ਕੱਢ ਕੇ ਲੈ ਗਏ ਤਾਂ ਉਸ ਤੋਂ ਬਾਅਦ ਕਹਿੰਦੇ 2 ਪਾਰਟ ਖਰਾਬ ਨੇ। ਅੱਛਾ, ਹੁਣ ਉਹ ਦੂਜਾ ਪਾਰਟ ਲੈ ਕੇ ਗਏ ਮੈਨੇ ਜੀ, ਅਤੇ ਇੰਜਨੀਅਰ ਆਏਗਾ ਫਿਰ ਕੰਮ ਚੱਲੇ। ਕਾਫੀ ਦੇਰ ਤੋਂ ਸਾਨੂੰ ਪਤਾ ਲੱਗ ਰਿਹਾ ਕਿ ਵਿੱਚੋਂ ਚੱਲਦੀ ਹੈ ਫਿਰ। ਹਾਂ ਬਿਲਕੁਲ, ਵਾਰ-ਵਾਰ ਪ੍ਰੋਬਲਮ ਆ ਰਹੀ ਹੈ ਨੂੰ ਦੱਸਿਆ ਕਿ ਹਾਂਜੀ ਹਾਂਜੀ ਇਹ ਖਰਾਬ ਕਰ ਰਹੀ ਹੈ। ਹਾਂਜੀ ਹਾਂਜੀ ਦੱਸਿਆ ਵਾ ਜੀ, ਉਹਦੇ ਵਜ੍ਹਾ ਸਿਰਫ ਕਾਫੀ ਰਿਪੋਰਟਾਂ ਲਿਖਾਈਆਂ ਸੀ। ਕਿੰਨੀ ਦੇਰ ਤੋਂ ਤੁਸੀਂ ਇਸ ਚੀਜ਼ ਨੂੰ ਲਿਖ ਕੇ ਦੇ ਰਹੇ ਹੋ? ਅਸੀਂ ਜੀ 3-4 ਵਾਰ ਲਿਖ ਕੇ ਦੇ ਚੁੱਕੇ ਇਸ ਤੋਂ ਬਾਅਦ। 3-4 ਵਾਰ? ਹਾਂਜੀ। ਪਰ ਹਾਂਜੀ ਇਹਦੇ ਤੋਂ ਲੋਡ ਜ਼ਿਆਦਾ, ਇਸ ਕਰਕੇ ਪੇਸ਼ੈਂਟ ਜ਼ਿਆਦਾ ਕਰਕੇ ਨਾ ਮਸ਼ੀਨ ਛੋਟੀ ਆ DR ਸਿਸਟਮ, ਅਤੇ ਲੋਡ ਜ਼ਿਆਦਾ ਹੋਣ ਕਰਕੇ ਵਾਰ-ਵਾਰ ਖਰਾਬ ਹੋ ਰਹੀ ਆ। ਇੱਥੇ ਮਸ਼ੀਨ ਵੱਡੀ ਆਉਣੀ ਚਾਹੀਦੀ ਹੈ? ਹਾਂ, ਵੱਡੀ ਮਸ਼ੀਨ ਆ ਰਹੀ ਹੈ ਸਾਡੇ ਕੋਲ ਜੀ। ਦਿੱਕਤ ਤਾਂ ਹੁੰਦੀ ਹੋਏਗੀ ਮਰੀਜ਼ਾਂ ਨੂੰ, ਕਾਫੀ ਦੂਰ ਤੋਂ ਆਉਂਦੇ ਆ। ਦਿੱਕਤ ਆਉਂਦੀ ਹੈ ਜੀ ਬਿਲਕੁਲ, ਆਪਾਂ ਕਹਿੰਦੇ ਹਾਂ ਵੀ 100-100 ਐਕਸਰੇ ਹੁੰਦਾ ਡੇਲੀ, ਇਹਦੀ ਕਪੈਸਿਟੀ ਘੱਟ ਹੈ, ਕੁਆਲਿਟੀ ਘੱਟ ਹੋਣ ਕਰਕੇ ਜ਼ਿਆਦਾ ਖਰਾਬ ਹੋਣ ਦੇ ਚਾਂਸ ਤਾਂ ਹੀ ਹੈ। ਕੀ ਨਾਮ ਹੈ ਸਰ ਤੁਹਾਡਾ? ਡੈਜ਼ੀਗਨੇਸ਼ਨ ਕੀ ਹੈ? ਪ੍ਰੀਤਮ ਸਿੰਘ, ਸੀਨੀਅਰ ਰੇਡੀਓਗ੍ਰਾਫਰ, ਸਿਵਲ ਹਸਪੀਟਲ ਫਿਰੋਜ਼ਪੁਰ। ਆ ਕੇ ਦੇਖੀ ਹਾਲਤ, ਕੋਈ ਪੇਸ਼ੈਂਟ ਦਾਖਲ ਸੀ ਉਹਦਾ ਪਤਾ ਲੈਣ ਵਾਸਤੇ। ਦੇਖੋ ਇੱਥੇ ਹਾਲ ਕੀ ਹੈ, ਪਾਣੀ ਦਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਗਾ। ਇੱਥੇ ਲੋਕ ਬਿਮਾਰੀਆਂ ਨੂੰ ਹਟਾਉਣ ਵਾਸਤੇ ਆਉਂਦੇ, ਨਾ ਕਿ ਬਿਮਾਰੀਆਂ ਲੈਣ ਵਾਸਤੇ ਆਉਂਦੇ। ਮੈਂ ਸਹਿਮਤ ਹਾਂ, ਮੈਂ ਤਾਂ ਹੁਣੇ ਸੁਣਿਆ ਹੈ, ਇਹ ਵਿਚਾਰਾ ਗਰੀਬ ਆਦਮੀ ਆਇਆ, ਕਹਿੰਦੇ ਬੱਚੇ ਦੀ ਅੱਡੀ ਦੇ ਵਿੱਚ ਬਹੁਤ ਜ਼ਿਆਦਾ ਫੈਕਚਰ ਹੈ, ਕੋਈ ਪਤਾ ਨਹੀਂ ਕੀ ਗੱਲ ਹੈ। ਡਾਕਟਰਾਂ ਨੇ ਅੰਦਰੋਂ ਰੈਫਰ ਕੀਤਾ, ਤੁਸੀਂ ਐਕਸਰੇ ਕਰਾ ਕੇ ਲਿਆਓ। ਡਾਕਟਰ ਸਾਹਿਬ ਨੇ ਤਾਂ ਵਿਚਾਰਿਆਂ ਨੂੰ ਲਿਖ ਦੇਣਾ, ਉਹਨਾਂ ਨੂੰ ਕੀ ਪਤਾ। ਜਦੋਂ ਉੱਥੇ ਗਏ ਐਕਸਰੇ ਕਰਾਉਣ ਵਾਸਤੇ ਤਾਂ ਮਸ਼ੀਨ ਬੜੇ ਚਿਰ ਦੀ ਬਲੋਕੇਜ ਡੈਮੇਜ, ਕਹਿੰਦੇ ਉਹ ਚੱਲ ਨਹੀਂ ਰਹੇਗੀ। ਹੁਣ ਇਹਨਾਂ ਨੂੰ ਬਾਹਰ ਵਾਸਤੇ ਆਖਿਆ, ਅਸੀਂ ਹੁਣ ਸਾਰੇ ਇੱਥੇ ਇਕੱਤਰ ਹੋ ਕੇ ਇਕੱਠੇ ਹੋ ਕੇ ਇਹਨੂੰ ਵਿਚਾਰਿਆਂ ਨੂੰ ਕੁਛ ਪੈਸੇ ਏਡ ਵਜੋਂ ਦੇਣ ਲੱਗੇ ਹਾਂ ਵੀ ਜਾ ਕੇ ਤੂੰ ਪ੍ਰਾਈਵੇਟ ਜਾ ਕੇ ਕਰਵਾ ਲੈ, ਅਤੇ ਕੋਈ ਤੇਰਾ ਬੱਚਾ ਬਚੇ, ਕਿਉਂਕਿ ਬੱਚੇ ਤਾਂ ਸਾਂਝੇ ਨੇ, ਹੈਲਪ ਕਰਨੀ ਚਾਹੀਦੀ ਹੈ। ਪਰ ਮੈਂ ਤਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਾ ਹਾਂ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਹਨਾਂ ਗਰੀਬਾਂ ਦੇ ਆਪਾਂ ਹਮਸਾਏ ਬਣਨਾ ਹੈ, ਆਪਾਂ ਸਾਂਝੀ ਵਾਲਤਾ ਬਣਨਾ, ਇਹਨਾਂ ਦੇ ਫਾਇਦਾ ਕਰਨਾ ਹੈ ਕਿ ਇਹਨਾਂ ਦਾ ਨੁਕਸਾਨ ਕਰਨਾ।